ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ, ਕੋਈ 25 ਸਾਲ ਦਾ, ਕੋਈ 26 ਸਾਲ ਦਾ, ਕੋਈ 29 ਸਾਲ, ਸਾਰੇ ਸਰਵਿਸ ਇੱਕ ਸੀਟ ਤੇ ਉਹ ਚੱਲ ਰਹੇ ਸੀ। ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆ ਹੈਗਾ, ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ। ਜਦੋਂ ਬੋਰਡ ਬਣਨ ਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਿਆਗਾ, ਅਤੇ ਉਹ ਅਸੀਂ ਬੋਰਡ ਦੇ ਵਿੱਚ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਉਹ ਏਜੰਡੇ 'ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਦੇ ਸਾਰੇ ਦੇ ਬਦਲੀਆਂ ਕੀਤੀਆਂ ਜਾਣ। 3 ਸਾਲਾਂ ਕੀਤਾ, 5 5 ਸਾਲ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ। ਉਹ ਬਦਲੀਆਂ ਦੇ ਵਿੱਚ ਜਦੋਂ ਅਸੀਂ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਸੀਟਾਂ ਤੇ, ਉੱਥੇ ਨਵੇਂ ਮੈਨੇਜਰ ਜਾ ਕੇ ਦੂਜੇ ਲੱਗੇ, ਉਹਨਾਂ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਸੀ ਇਹਦੀ, ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ। ਉਹਨੂੰ ਉੱਥੇ ਪਹਿਲੀਆਂ ਅੰਤਾਈਆਂ ਆਈਆਂ ਉਹਦੇ ਵਿੱਚ ਘਪਲੇ ਦੀਆਂ, ਉਹਨਾਂ ਨੇ ਮੈਨੂੰ ਵੀ ਫੋਨ ਕੀਤਾ, ਐਮ ਡੀ ਸਾਹਿਬ ਨੂੰ ਫੋਨ ਕੀਤਾ, ਉਹਨੇ ਵੀ ਇਹ ਤਾਂ ਜੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ? ਇਹ ਚੀਮਾ ਹੈ, ਚੀਮਾ ਬ੍ਰਾਂਚ ਦੇ ਵਿੱਚ। ਨਵੇਂ ਮੈਨੇਜਰ ਕੌਣ ਸੀ ਜਿਨ੍ਹਾਂ ਨੇ ਜੁਆਇਨ ਕੀਤਾ? ਉਹ ਆਪਣੇ ਗੁਰਵਿੰਦਰ ਸਿੰਘ ਨੇ, ਦਵਿੰਦਰ ਦਵਿੰਦਰ ਤਾਂ ਪਹਿਲਾਂ ਤੇ ਦੀਪਿੰਦਰ, ਉਹ ਜੀ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੋਂ ਟੀਮ ਬਣਾ ਕੇ ਨਾ ਭੇਜਤੀ, ਉੱਥੇ 4 ਮੈਨੇਜਰ ਨੇ, ਸੀਨੀਅਰ ਮੈਨੇਜਰ ਗੁਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰ ਨੇ ਟੀਮ ਬਣਾ ਕੇ ਭੇਜੀ। ਜਾ ਕੇ ਉਹਨਾਂ ਨੇ ਚੈੱਕ ਕੀਤਾ, ਉਹਦੇ ਵਿੱਚ ਗਾਹਾਂ ਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਜਿੱਥੇ ਇਹਨਾਂ ਚੈੱਕ ਕੀਤਾ, ਉਹਦੇ 'ਚ ਲਿਮਟਾਂ ਦੇ ਵਿੱਚ ਹੇਰ ਫੇਰ ਕੀਤਾ ਹੋਇਆ। ਤੋ ਇਹਨਾਂ ਨੇ ਫਿਰ ਸ਼ਾਮ ਨੂੰ ਸਾਨੂੰ ਦੱਸਿਆ ਵੀ ਇਹਦਾ ਗਾਹਾਂ ਬਹੁਤ ਜਾਂਚ ਦਾ ਵਿਸ਼ਾ ਹੈਗਾ, ਵੀ ਬਹੁਤ ਵੱਡੀ ਪੱਧਰ 'ਤੇ ਹੋਈ ਹੈ। ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ 'ਚ 90 ਕੁ ਲੱਖ ਰੁਪਇਆ ਆਇਆ, ਅਸੀਂ ਜਾ ਕੇ ਐਸ ਐਸ ਪੀ ਸਾਹਿਬ ਨੂੰ ਮਿਲ ਕੇ 24 ਕੁ ਘੰਟਿਆਂ 'ਚ ਅਸੀਂ FIR ਕਰਾ ਕੇ ਅਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ। ਹੁਣ ਅਸੀਂ 1,39,00,000 'ਤੇ ਪਹੁੰਚ ਚੁੱਕੇ ਹਾਂ ਅਤੇ ਹਜੇ ਵੀ ਜਾਂਚ ਚੱਲਦੀ ਹੈ। 4 ਛੁੱਟੀਆਂ ਆ ਗਈਆਂ ਅਤੇ ਅੱਜ ਸੋਮਵਾਰ ਫੇਰ ਸਟਾਰਟ ਦਾ ਇਹ ਜਾਂਦੀ ਇਸ ਤਰ੍ਹਾਂ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ। ਹੋਰ ਬੈਂਕਾਂ ਵੀ ਜਿੱਥੇ ਵੀ 5 ਸਾਲ ਲੱਗਿਆ ਸਾਡਾ ਮੈਨੇਜਰ, ਸਾਰੇ ਜਾਂਚ ਕਰਾ ਰਹੇ ਹਾਂ, ਕੋਈ ਦਿੱਕ ਹੋਈ ਵੀ ਹੈ। ਆਹਾ।